ਹਾਂ ਜੀ ਸਤਿ ਸ਼੍ਰੀ ਅਕਾਲ ਮੈਂ ਵੀਰਪਿੰਦਰ ਫਰੋਮ ਐਰਲ ਇਮੀਗ੍ਰੇਸ਼ਨ ਤਾਂ ਅੱਜ ਦਾ ਸਾਡਾ ਟੋਪਿਕ ਹੈ ਲਾਤਵੀਆ ਸਟੱਡੀ ਵੀਜ਼ਾ ਜੋ ਹਰ ਵਾਰ ਅਸੀਂ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਰਹਿੰਦੇ ਹਾਂ ਸਰ ਵੀ ਵੀਡੀਓਜ਼ ਲੈ ਕੇ ਆਉਂਦੇ ਨੇ ਰਿਗਾਰਡਿੰਗ ਲਾਤਵੀਆ ਲਾਤਵੀਆ ਅਸੀਂ ਕਿਉਂ ਪ੍ਰਮੋਟ ਕਰ ਰਹੇ ਹਾਂ ਕਿਉਂਕਿ ਲਾਤਵੀਆ ਦਾ ਜੋ ਸਕਸੈਸ ਰੇਟ ਹੈ ਜੋ ਲਾਤਵੀਆ 'ਚ ਐਡਮਿਸ਼ਨ ਲੈਣੀ ਜਾਂ ਲਾਤਵੀਆ ਦਾ ਵੀਜ਼ਾ ਲੈਣਾ ਬਹੁਤ ਜ਼ਿਆਦਾ ਈਜ਼ੀ ਹੈ ਇਸ ਲਈ ਹੀ ਤੁਹਾਨੂੰ ਜਿਹੜਾ ਹੈਗਾ ਅਸੀਂ ਲਾਤਵੀਆ ਨੂੰ ਵਾਰ ਵਾਰ ਪ੍ਰਮੋਟ ਕਰ ਰਹੇ ਕਿਉਂਕਿ ਕਈ ਬੱਚੇ ਜੋ ਸ਼ੈਨੀਗਨ ਵਿੱਚ ਜਾ ਕੇ ਸੈੱਟ ਹੋਣਾ ਚਾਹੁੰਦੇ ਨੇ ਉਹ ਵੀ ਥਰੂ ਲਾਤਵੀਆ ਹੀ ਜਾ ਸਕਦੇ ਨੇ ਕਿਉਂਕਿ ਬਾਕੀ ਕੰਟਰੀਜ਼ ਦੀ ਅਗਰ ਗੱਲ ਕਰੀਏ ਤਾਂ ਉਹਨਾਂ ਦਾ ਵੀਜ਼ਾਸ ਲੈਣੇ ਐਵੇਂ ਨਹੀਂ ਕਹਾਂਗੇ ਕਿ ਆਉਂਦੇ ਨਹੀਂ ਹੈ ਬਟ ਥੋੜ੍ਹੇ ਡਿਫੀਕਲਟ ਜ਼ਰੂਰ ਹੈ ਠੀਕ ਹੈ ਤਾਂ ਅੱਜ ਵੀ ਪ੍ਰੋਸੈਸ ਜਿਵੇਂ ਕਿ ਦੱਸਦੇ ਰਹਿੰਦੇ ਹਾਂ ਜੋ ਮੇਨ ਯੂਨੀਵਰਸਿਟੀ 'ਚ ਅਸੀਂ ਅਪਲਾਈ ਕਰਦੇ ਹਾਂ ਉਹ ਸਭ ਤੋਂ ਪਹਿਲਾਂ ਆਉਂਦੀ ਹੈ ਰਿਗਾ ਟੈਕਨੀਕਲ ਯੂਨੀਵਰਸਿਟੀ ਉਸ ਤੋਂ ਬਾਅਦ ਹੈਗੀ ਹੈ ਤੁਰੇਬਾ ਯੂਨੀਵਰਸਿਟੀ ਐਂਡ ਜਿਹਨਾਂ ਬੱਚਿਆਂ ਦੀ ਪਰਸੈਂਟੇਜ ਥੋੜ੍ਹੀ ਜਿਹੀ ਘੱਟ ਹੁੰਦੀ ਹੈ ਜਾਂ ਜਿਹਨਾਂ ਦਾ ਇੰਟਰਵਿਊ ਦਾ ਲੈਵਲ ਥੋੜ੍ਹਾ ਜਿਹਾ ਘੱਟ ਹੁੰਦਾ ਹੈਗਾ ਉਹਨਾਂ ਬੱਚਿਆਂ ਨੂੰ ਅਸੀਂ ਸੁਜੈਸਟ ਕਰ ਦਿੰਦੇ ਹਾਂ ਰਿਸੇਬਾ ਯੂਨੀਵਰਸਿਟੀ ਤਾਂ ਸਭ ਤੋਂ ਪਹਿਲਾਂ ਆ ਗਈ ਰਿਗਾ ਟੈਕਨੀਕਲ ਯੂਨੀਵਰਸਿਟੀ ਰਿਗਾ ਟੈਕਨੀਕਲ ਯੂਨੀਵਰਸਿਟੀ ਦੇ ਵਿੱਚ ਉਹੀ ਬੱਚੇ ਅਪਲਾਈ ਕਰ ਸਕਦੇ ਆ ਜਿਹਨਾਂ ਕੋਲ ਮੈਂ ਗੱਲ ਕਰ ਰਹੀ ਹਾਂ ਬੈਚਲਰ ਦੀ ਜਿਹਨਾਂ ਕੋਲ 12th ਦੇ ਵਿੱਚ ਜਾਂ ਤਾਂ ਫਿਜ਼ਿਕਸ ਸਬਜੈਕਟ ਪੜ੍ਹਿਆ ਹੋਇਆ ਜਾਂ ਫਿਰ ਉਹਨਾਂ ਨੇ ਮੈਥ ਸਬਜੈਕਟ ਪੜ੍ਹਿਆ ਹੋਇਆ ਸਿਰਫ ਉਹੀ ਬੱਚੇ ਹੀ ਬੈਚਲਰ ਦੇ ਵਿੱਚ ਅਪਲਾਈ ਕਰ ਸਕਦੇ ਆ ਹੋਰ ਬੱਚੇ ਅਪਲਾਈ ਨਹੀਂ ਕਰ ਸਕਦੇ ਸੈਕਿੰਡਲੀ ਕਈ ਵਾਰ ਸਾਨੂੰ ਡਾਊਟ ਹੁੰਦਾ ਕਿ ਅਗਰ ਮੇਰੇ ਕੋਲ ਕਮਰਸ ਫੀਲਡ ਹੈ ਕਿ ਮੈਂ ਅਕਾਊਂਟਿੰਗ ਵਗੈਰਾ ਪੜ੍ਹੀ ਹੋਈ ਹੈ ਤਾਂ ਕੀ ਮੈਂ ਬੈਚਲਰ ਵਿੱਚ ਐਡਮਿਸ਼ਨ ਲੈ ਸਕਦੀ ਹਾਂ ਤਾਂ ਤੁਸੀਂ ਲੈ ਸਕਦੇ ਹੋ ਅਫਕੋਰਸ ਤੁਸੀਂ ਬੈਚਲਰ ਵਿੱਚ ਐਡਮਿਸ਼ਨ ਲੈ ਸਕਦੇ ਹੋ ਅਤੇ ਘੱਟ ਜਿਹੜਾ ਫੀਸ ਵਾਲਾ ਕੋਰਸ ਆ ਉਹਦੇ ਵਿੱਚ ਵੀ ਲੈ ਸਕਦੇ ਹੋ ਸਭ ਤੋਂ ਜ਼ਿਆਦਾ ਘੱਟ ਫੀਸ ਵਾਲਾ ਜੋ ਕੋਰਸ ਹੈਗਾ ਉਹ ਹੈਗਾ BS ਇਨ ਇਕਨੋਮਿਕਸ ਤਾਂ ਉਹਦੇ ਵਿੱਚ ਜੋ ਫੀਸ ਆਉਂਦੀ ਹੈਗੀ ਉਹ ਆਉਂਦੀ ਹੈ 2600 ਯੂਰੋ ਜੋ ਲਾਤਵੀਆ ਵਿੱਚ ਸਭ ਸਾਰੀ ਯੂਨੀਵਰਸਿਟੀਜ਼ ਤੋਂ ਘੱਟ ਸਾਰੇ ਸਬਜੈਕਟਸ ਤੋਂ ਘੱਟ ਫੀਸ ਹੈਗੀ ਆ ਅਗਰ ਤੁਸੀਂ ਮਾਸਟਰ ਦੀ ਗੱਲ ਕਰਦੇ ਹੋ ਅਗਰ ਤੁਸੀਂ BCA ਕੀਤੀ ਹੋਈ ਹੈ BTECH ਕੀਤੀ ਹੋਈ ਹੈ BSc ਕੀਤੀ ਹੋਈ ਹੈ ਠੀਕ ਹੈ ਤਾਂ ਦੈਨ ਤੁਸੀਂ ਇਹਦੇ ਵਿੱਚ ਮਾਸਟਰ 'ਚ ਐਡਮਿਸ਼ਨ ਲੈ ਸਕਦੇ ਹੋ ਬਟ ਅਗਰ ਤੁਸੀਂ BA ਕੀਤੀ ਹੋਈ ਹੈ ਤਾਂ ਮੈਂ ਤੁਹਾਨੂੰ ਸੁਜੈਸਟ ਨਹੀਂ ਕਰੂੰਗੀ ਕਿ ਤੁਸੀਂ ਲਾਤਵੀਆ ਜਾਓ ਠੀਕ ਹੈ ਕਿਉਂਕਿ ਮੋਸਟਲੀ BA ਦੇ ਵਿੱਚ ਜੋ ਸਬਜੈਕਟ ਹੁੰਦੇ ਆ ਉਹ ਬਹੁਤ ਘੱਟ ਹੁੰਦੇ ਆ ਇਸ ਲਈ ਜੋ AIC ਹੈਗਾ ਜੋ AIC ਇੱਥੇ ਮੈਂ ਤੁਹਾਨੂੰ ਦੱਸਾਂਗੀ ਕਿ ਅਲੱਗ ਅਲੱਗ ਅਸੀਂ ਵੀਡੀਓਜ਼ ਬਣਾਈਆਂ ਹੋਈਆਂ ਉਹਦੇ ਵਿੱਚ AIC ਦਾ ਵੀ ਤੁਹਾਨੂੰ ਪਤਾ ਚੱਲ ਜਾਏਗਾ ਇਹਦੇ ਵਿੱਚ ਮੈਂ ਤੁਹਾਨੂੰ ਸ਼ੋਰਟਲੀ ਇਹ ਦੱਸ ਦਿੰਦੀ ਹਾਂ ਕਿ AIC ਜੋ ਹੈ ਯੂਨੀਵਰਸਿਟੀਜ਼ ਦੁਆਰਾ ਇੱਕ ਔਰਗੇਨਾਈਜੇਸ਼ਨ ਨੂੰ ਡਾਕੂਮੈਂਟ ਭੇਜੇ ਜਾਂਦੇ ਨੇ ਜੋ ਚੈੱਕ ਕਰਦੇ ਆ ਕਿ ਕਈ ਜੋ ਫੋਰਨਰਸ ਦੀ ਸਟੱਡੀ ਕੀਤੀ ਹੋਈ ਹੈ ਉਹ ਸਾਡੇ ਲਾਤਵੀਅਨ ਸਟੈਂਡਰਡ ਦੇ ਇਕੁਅਲ ਹੈਗੀ ਹੈ ਕਿ ਨਹੀਂ ਹੈਗੀ ਤਾਂ BA ਵਾਲੇ ਸਟੂਡੈਂਟ ਦਾ AIC ਜੋ ਹੈ ਉਹ ਮੋਸਟਲੀ ਨਹੀਂ ਆਉਂਦਾ ਉਸ ਤੋਂ ਬਾਅਦ ਜਿਹੜੀ ਡੈਡਲਾਈਨ ਹੈ ਇਹਨਾਂ ਰਿਗਾ ਟੈਕਨੀਕਲ ਦੀ ਹੋ ਗਈ ਇਹਨਾਂ ਦੀ ਸਾਰਿਆਂ ਦੀ ਜੁਲਾਈ ਦੇ ਵਿੱਚ ਉਹ ਖਤਮ ਹੋ ਜਾਏਗੀ ਬਿਲਕੁਲ ਠੀਕ ਹੈ ਐਂਡ ਜੋ ਤੁਰੇਬਾ ਯੂਨੀਵਰਸਿਟੀ ਹੈ ਉਹਦੀ 1 ਅਗਸਤ ਹੈਗੀ ਹੈ ਡੈਡਲਾਈਨ ਬਾਕੀ ਸਾਰੀਆਂ ਦੀ ਜਿਹੜੀ ਹੈਗੀ ਰਿਗਾ ਟੈਕਨੀਕਲ ਜਾਂ ਰਸੇਪਾ ਹੈਗੀ ਉਹਦੀ 15 ਜੁਲਾਈ ਤੱਕ ਜਿਹੜੀ ਹੈਗੀ ਡੈਡਲਾਈਨ ਖਤਮ ਹੋ ਜਾਏਗੀ ਤਾਂ ਅਗਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਦੈਨ ਡੋਂਟ ਬੀ ਲੇਟ ਤੁਹਾਨੂੰ ਪਹਿਲਾਂ ਹੀ ਅਪਲਾਈ ਕਰ ਲੈਣਾ ਚਾਹੀਦਾ ਹੈਗਾ ਕਿਉਂਕਿ ਲਾਸਟ ਟਾਈਮ ਜਦੋਂ ਅਸੀਂ ਫੈਬਰੀ ਇਨਟੇਕ ਵਿੱਚ ਕਈ ਬੱਚੇ ਲੇਟ ਹੋ ਗਏ ਸੀ ਤਾਂ ਉਹਨਾਂ ਦਾ AIC ਕਾਫੀ ਟਾਈਮ ਨਾਲ ਆਇਆ ਕਿਉਂਕਿ ਉਹਨਾਂ ਕੋਲ ਰਸ਼ ਕਾਫੀ ਵੱਧ ਜਾਂਦਾ ਹੈਗਾ ਤਾਂ ਉਹ ਥੋੜ੍ਹਾ ਟਾਈਮ ਲੈ ਲੈਂਦੇ ਆ ਵੈਸੇ ਤਾਂ ਇਹਦਾ 4 ਵੀਕਸ ਦਾ ਟਾਈਮ ਹੁੰਦਾ ਬਟ ਇਸ ਤੋਂ ਵੀ ਜ਼ਿਆਦਾ ਟਾਈਮ ਲੱਗ ਜਾਂਦਾ ਕਿਉਂਕਿ ਵਿੱਚ ਹੋਲੀਡੇਜ਼ ਵਗੈਰਾ ਆ ਜਾਂਦੇ ਆ ਉਹ ਸਿਰਫ ਬਿਜ਼ਨਸ ਡੇਜ਼ ਜਿਹੜੇ ਹੈਗੇ ਆ ਕਾਊਂਟ ਕਰਦੇ ਆ ਉਸ ਤੋਂ ਬਾਅਦ ਮੈਂ ਗੱਲ ਕਰੂੰਗੀ ਤੁਰੇਬਾ ਯੂਨੀਵਰਸਿਟੀ ਦੀ ਤੁਰੇਬਾ ਵਿੱਚ ਹਰ ਇੱਕ ਟਾਈਪ ਦਾ ਬੱਚਾ ਜਿਹੜਾ ਹੈਗਾ ਐਡਮਿਸ਼ਨ ਲੈ ਸਕਦਾ ਭਾਵੇਂ ਤੁਸੀਂ 12th ਦੇ ਵਿੱਚ ਆਰਟਸ ਕੀਤੀ ਹੋਈ ਹੈ ਭਾਵੇਂ ਤੁਸੀਂ ਕਮਰਸ ਕੀਤੀ ਹੋਈ ਹੈ ਭਾਵੇਂ ਤੁਸੀਂ ਇੰਟਰ ਆਰਟਸ ਕੀਤੀ ਹੋਈ ਹੈ ਨੋਨ ਮੈਡੀਕਲ ਕੀਤੀ ਹੋਈ ਮੈਡੀਕਲ ਕੀਤੀ ਹੋਈ ਹੈ ਤਾਂ ਉਹਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਤੁਰੇਬਾ ਵਿੱਚ ਪਰਟੀਕੁਲਰ ਕੋਰਸ ਨੇ ਲਾਈਕ ਬਿਜ਼ਨਸ ਐਡਮਿਨਿਸਟ੍ਰੇਸ਼ਨ ਹੈ ਠੀਕ ਹੈ ਕੰਪਿਊਟਰ ਸਿਸਟਮਸ ਹੈਗਾ ਬਸ ਮਤਲਬ 3-4 ਕੋਰਸਿਸ ਨੇ ਬੈਚਲਰ ਦੇ ਜਿਹਨਾਂ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਟੂਰਿਜ਼ਮ ਨਾਲ ਰਿਲੇਟਡ ਹੈਗਾ ਇੱਕ ਤਾਂ ਜਿਹੜੇ ਬੱਚਿਆਂ ਦਾ ਇੰਟਰਸਟ ਹੈਗਾ ਟੂਰਿਜ਼ਮ ਦੇ ਵਿੱਚ ਤਾਂ ਉਹ ਵੀ ਇਹਦੇ ਵਿੱਚ ਅਪਲਾਈ ਕਰ ਸਕਦੇ ਆ ਸੈਕਿੰਡਲੀ ਅਗਰ ਤੁਸੀਂ ਮਾਸਟਰਸ ਦੇ ਲਈ ਜਾਣਾ ਚਾਹੁੰਦੇ ਹੋ ਤੁਸੀਂ ਨੈਕਸਟ ਇੱਥੇ BTECH ਕੀਤੀ ਹੋਈ ਹੈ MTECH ਕੀਤੀ ਹੋਈ ਹੈ BSc ਕੀਤੀ ਹੋਈ ਹੈ BCA ਕੀਤੀ ਹੋਈ ਹੈ ਠੀਕ ਹੈ ਤਾਂ ਤੁਸੀਂ ਇਹਦੇ ਵਿੱਚ ਮਾਸਟਰਸ ਵਿੱਚ ਵੀ ਐਡਮਿਸ਼ਨ ਲੈ ਸਕਦੇ ਹੋ ਦੈਨ ਇਹਦੇ ਵਿੱਚ ਮਾਸਟਰ ਵਿੱਚ ਵੀ ਉਹੀ ਸੇਮ ਪਰਟੀਕੁਲਰ ਕੋਰਸ ਨੇ ਬਿਜ਼ਨਸ ਨਾਲ ਰਿਲੇਟਡ ਕੰਪਿਊਟਰ ਸਿਸਟਮਸ ਐਂਡ ਟੂਰਿਜ਼ਮ ਐਂਡ ਹੋਸਪਿਟੈਲਿਟੀ ਮੈਨੇਜਮੈਂਟ ਨਾਲ ਰਿਲੇਟਡ ਠੀਕ ਹੈ ਇਹਦੇ ਵਿੱਚ ਜੋ ਫੀਸ ਆ ਜਾਂਦੀ ਹੈ ਉਹ ਆਉਂਦੀ ਹੈ 3330 ਯੂਰੋ ਇਹਦੀ ਜੋ ਡੈਡਲਾਈਨ ਹੈਗੀ ਹੈ ਉਹ ਹੈਗੀ 1 ਅਗਸਤ ਅਗਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਦੇ ਵਿੱਚ ਵੀ ਅਪਲਾਈ ਕਰ ਸਕਦੇ ਹੋ ਇਹਦੇ ਵਿੱਚ ਜਿਹੜਾ ਐਡਮਿਸ਼ਨ ਸਿਸਟਮ ਹੁੰਦਾ ਉਹ ਹੁੰਦਾ ਹੈ ਸਭ ਤੋਂ ਪਹਿਲਾਂ ਇਹ ਤੁਹਾਡਾ ਟੈਸਟ ਲੈਣਗੇ
ठीक है, अगर तुसी टेस्ट क्लियर कर दोगे तां तुहाडे तों कुछ डॉक्यूमेंट, अगर तुहाडे पूरे नहीं हैगे तां तुहाडे तों डॉक्यूमेंट डिमांड करनगे। उस तों बाद वेरीफिकेशन तों बाद इह तुहानूं इनवॉइस जनरेट करनगे एडमिशन फीस दी। एडमिशन फीस पे करन तों बाद इह तुहाडी इंटरव्यू लैणगे। इंटरव्यू च कुछ पर्टिकुलर क्वेश्चन पुछे जांदे ने, उह क्वेश्चन तुहानूं ऑलरेडी असीं दस चुके हैगे आ, ठीक है। तुसी वीडियोज चैक कर सकदे हो किहड़े किहड़े क्वेश्चन पूछे जाते हैं इंटरव्यूज में, किवें दी इंटरव्यू होंदी हैगी है, ठीक है, वो तुसी पता कर सकते हो। उस तो बाद नैक्सट मैं दसांगी रिसेवा यूनिवर्सिटी रिगार्डिंग। रिसेवा यूनिवर्सिटी तुसी कह सकते हो कि जिन्हां बच्चों लई होप नहीं है कोई भी, लाइक जिन्हां दी आप कह सकिए कि 55% है, 56% है, वो बच्चे इहदे विच एडमिशन लै सकते हैं। इस दे नाल नाल की हैगा कि रिसेवा दे विच तुहानू 2-3 स्टैप्स क्रॉस करने पैंदे हैगे अपनी एडमिशन लैण लई, क्योंकि लास्ट ईयर नहीं सीगा, बट इस ईयर जिहड़ा हैगा उन्होंने एक होर एग्जाम जिहड़ा हैगा कैम्ब्रिज लैवल का एग्जाम जिहड़ा हैगा वो उन्होंने सैट किया हैगा स्टूडेंट्स लई, ठीक है। उत्थे भी बैल्टिक काउंसिल जिहड़ी हैगी आ उहदे द्वारा जिहड़ा ये एग्जाम जिहड़ा नोटिफिकेशन हैगी आ वो ईमेल ते सैंड कीती जांदी है। उहदे विच सेम जिवें आइल्स विच हुंदा हैगा लिसनिंग, स्पीकिंग, ठीक है, राइटिंग, ये चार मोड्यूल होंगे है, तो वो चार मोड्यूल जोड़े है तो क्लीयर करने पैंते हैं। सब तो पहला जिम्मे होंगी ये एक सिंपल जहाँ टैसट आता है, वो टैसट दे के उस तो बाद इंटरव्यू आती है, फिर इंटरव्यू थोड़ी हो जाती है, फिर इंटरव्यू तो बाद जो कैम्ब्रिज लैवल का जो है टैसट लेंगे, अगर वो भी थोड़ा क्लीयर हो जाता है उस तो बाद आता है एग्रीमेंट से ट्यूशन फी। अगर तुम आइल्स वगैरह की हुई है जो पीटी वगैरह की हुई है जिस कोई होर इंग्लिश टैसट किया हुआ फिर तुम एग्जाम देने की कोई जरूरत नहीं है। सो मेनली ही यूनिवर्सिटी सगिया, अगर तुम होर यूनिवर्सिटी गल करोगे जिमें कि इजमा होगी, इजमा के अगर थोड़े को एम ओ ए हैगा, ठीक है, तो लास्ट एजुकेशन इंग्लिश में है, फिर तो तुम अपलाई कर सकते हो, अदरवाइज तुम अपलाई नहीं कर सकते। सो उनकी एप्लीकेशन फीस भी थोड़ी जी ज़्यादा आ जाती है, लाइक 300 यूरो तक इनकी फीस आती है। एवें दिया बहुत सारी यूनिवर्सिटीज़ है लातविया में, अगर तुम अपलाई करना चाहते हो वाकई तुम शैलिंगन में एंटर होना चाहते हो तो दैन दिस इज़ अ वेरी गुड ऑपरचुनिटी फॉर यू, ठीक है, कि तुम अपलाई कर सको इतने। तो यही टाइम हैगा मेन जो काफ़ी बच्चों के रिजल्ट भी आ चुके हैं, अगर तुहाडा रिजल्ट अजे पेंडिंग है फिर भी तुम इहदे विच अपलाई कर सकते हैं हो, प्रेडिक्टेड स्कोर कार्ड नाल तुसी अपलाई कर सकते हो। उस तो बाद तुसी अपना फाइनल स्कोर कार्ड 1 मंथ बाद अपलोड कर सकते हो उन्होंने साइट्स से। सो अगर तुसी अपलाई करना चाहते हो, कोई होर इनफॉर्मेशन लेना चाहते हो, दैन प्लीज़ कॉन्टैक्ट अस, ठीक है, साढ़े नंबर स्क्रीन पर दिए जा चुके हैं, तुम उ देख के सूँ कॉन्टैक्ट कर सकते हो। एंड प्लीज़ अगर तुम्हें वीडियो चंगी लगी हो लाइक शेयर एंड सब्सक्राइब करना ना भूलना। थैंक यू सो मच।